ਜੈ ਪਾਪ ਮੈਂ ਜੀ ਰਿੰਪੀ ਕੌਰ ਚੱਖੜ ਵਾਲਾ। 8-9 ਦਿਨ ਹੋ ਗਏ ਸਾਡੇ ਵੀਰ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਸਮਾਜ ਦੇ ਹੀਰੇ ਆ ਜਿਹੜੇ ਆਵਾਜ਼ ਚੁੱਕ ਰਹੇ ਆ ਕਿ ਇਹ ਜਿਹੜੇ ਅਮੀਰ ਲੋਕ ਆ ਦਾ ਵਿਰੋਧ ਕਰ ਰਹੇ ਆ। ਵੀਰੋ ਕੋਈ ਨਾ ਟੈਨਸ਼ਨ ਨਾ ਲਓ, ਇਹ ਤਾਂ ਵਿਚਾਰੇ ਕਿਸਾਨ ਅਤੇ ਮਜ਼ਦੂਰ ਏਕਤਾ ਦਾ ਜਿਹੜਾ ਇਹਨਾਂ ਨੇ ਨਾਰਾ ਲਾਇਆ ਸੀ ਉਸ ਦਾ ਫਰਕ ਸਾਡਾ ਜਿਹੜਾ ਵਿਰੋਧ ਕਰਕੇ ਹੁਣ ਸਾਨੂੰ ਵੀ ਇਹ ਸਵੀਕਾਰ ਕਰਨਾ ਚਾਹੀਦਾ। ਇਹ ਸਰਕਾਰਾਂ ਬੇਈਮਾਨ ਸਰਕਾਰਾਂ, ਇਹਨਾਂ ਨੇ ਬਾਂਦਰਾਂ ਦੇ ਵਿੱਚ ਭੇਲੀ ਸਿੱਟਤੀ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਸਮਾਜ ਨੂੰ ਸੋਚਣਾ ਚਾਹੀਦਾ, ਸਾਡੇ ਜਿਹੜੇ 32-33 MLA ਮਿੱਠੂ ਰਾਮ ਇਹਨਾਂ ਨੇ ਆਵਾਜ਼ ਨਹੀਂ ਉਠਾਈ ਗੀ ਕਿ ਇਹ ਆਏ ਨਹੀਂ, ਆਏ ਹੋਣਾ ਚਾਹੀਦਾ। ਫਿਰ ਜਦੋਂ ਇਹਨਾਂ ਦੇ ਬੈਂਕਾਂ ਦੇ ਲੋਨ ਜਿਹੜੇ ਮਾਫ਼ ਕੀਤੇ ਗਏ, ਇਸ ਗੱਲ ਨੂੰ ਸੋਚੋ ਕਿ ਸਾਨੂੰ ਗਰੀਬ ਸਮਾਜ ਨੂੰ SC BC ਅਤੇ ਛੋਟੇ ਕਿਸਾਨਾਂ ਨੂੰ ਤਾਂ ਬੈਂਕਾਂ ਲਾਉਣ ਹੀ ਨਹੀਂ ਦਿੰਦੀਆਂ। ਮੈਂ ਸਿਰ ਲਵਾ ਦੂੰ ਜੇ ਕਿਸੇ ਸਰਕਾਰੀ ਬੈਂਕ ਕੋਈ ਦਾਅਵਾ ਕਰਦੇ ਕਿ ਗਰੀਬਾਂ ਦਾ ਜਿਹੜਾ 1,00,000 ਦਾ ਲੋਨ ਹੈ ਮਾਫ਼ ਕੀਤਾ ਗਿਆ, ਕੋਈ ਸਾਡੇ ਬਿੱਲ ਮਾਫ਼ ਨਹੀਂ, ਕੋਈ ਸਾਨੂੰ ਫੀਸਾਂ ਮਾਫ਼ ਨਹੀਂ ਗੀਆਂ। ਇਹ ਮਨਾਂ ਦੇ ਵਹਿਮ ਹੈ, ਵਹਿਮ ਦੇ ਵਿੱਚ ਵਿਚਾਰੇ ਜਿਹੜੇ ਸਾਡੇ ਭਰਾ ਹੈਗੇ ਆ ਸੜੀ ਜਾਂਦੇ ਆ। ਅਤੇ ਇਸ ਲਈ ਇਹਨਾਂ ਗੱਲਾਂ ਦਾ ਭੁਲੇਖਾ ਛੱਡ ਦਿਓ। ਕੋਈ ਸਾਨੂੰ ਇਹ ਨਹੀਂ ਵੀ ਕਿ ਅਸੀਂ ਪੰਚਾਇਤੀ ਜ਼ਮੀਨਾਂ ਦਾ ਲਾਭ ਲੈ ਰਹੇ ਹਾਂ, ਇਹਨਾਂ ਦੇ ਮਨਾਂ ਦਾ ਭੁਲੇਖਾ ਹੈ। ਪੰਚਾਇਤੀ ਜ਼ਮੀਨਾਂ ਵਿੱਚ ਵੀ ਇੱਕ ਸਾਡਾ ਗਰੀਬ ਕੌਮ ਦਾ ਗਦਾਰ ਬੰਦਾ ਖਿਲਾਰ ਦਿੰਦੇ ਆ ਅਤੇ ਪੈਲੀ ਜਿਹੜਾ ਅਮੀਰ ਲੈ ਜਾਂਦੇ, ਨਾ ਕਿ ਉੱਥੇ ਛੋਟੇ ਕਿਸਾਨ ਨੂੰ ਪੈਲੀ ਬੋਲੀ 'ਤੇ ਦਿੱਤੀ ਜਾਂਦੀ ਹੈ ਅਤੇ ਨਾ ਹੀ ਕੋਈ ਗਰੀਬ ਲੈਂਦਾ। ਇਸ ਲਈ ਇਹਨਾਂ ਨੇ ਬਾਂਦਰਾਂ ਵਿੱਚ ਜਿਹੜੀ ਭੇਲੀ ਸਿੱਟੀ ਆ ਤੁਸੀਂ ਸਮਝੇ ਨਹੀਂ। ਉਸਦਾ ਰਾਜ ਤਾਂ ਸਿਰਫ ਇਹੀ ਹੈ ਕਿ ਲੋਕ ਆ ਜਿਹੜੇ ਨੌਕਰੀਆਂ ਵਾਲੀ ਨਾ ਜਾਣ। ਸਾਡੀ ਤਾਂ ਇਹਨਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਸਾਨੂੰ ਨਾ ਤਾਂ ਇਹਨਾਂ ਦਾ 1,000 ਰੁਪਈਆ ਚਾਹੀਦਾ ਔਰਤਾਂ ਨੂੰ, ਨਾ ਇਹਨਾਂ ਦੀ ਆਟਾ ਦਾਲ ਚਾਹੀਦੀ ਹੈ। ਫ੍ਰੀ ਵਾਲੀ ਸਾਨੂੰ ਕੋਈ ਵੀ ਇਹਨਾਂ ਦੀ ਸੁੱਖ ਸਹੂਲਤ ਨਹੀਂ ਚਾਹੀਦੀ ਗੀ। ਇਹ ਫ੍ਰੀ ਵਾਲੀਆਂ ਸਾਰੀਆਂ ਹੀ ਚੀਜ਼ਾਂ ਜਿਹੜੇ ਲੋਕ ਬਿਨਾਂ ਵਜ੍ਹਾ ਤੋਂ ਢਿੱਡ ਮਚਾਈ ਜਾਂਦੇ ਆ ਉਹਨਾਂ ਨੂੰ ਉਹ ਦਿੱਤੀਆਂ ਜਾਣ ਫ੍ਰੀ ਵਾਲੀਆਂ ਚੀਜ਼ਾਂ। ਅਤੇ ਜਿਹੜਾ ਸਾਨੂੰ ਤਾਂ ਸਿਰਫ ਇੱਕ ਘਰ ਵਿੱਚ ਜਿਹੜਾ ਸਰਕਾਰ ਨੇ ਪਹਿਲਾਂ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰੇਕ ਘਰ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਊਗੀ, ਜਿਹੜਾ ਕੇਜਰੀਵਾਲ ਨੇ ਵੀ ਇਹ ਕਿ ਬੇਰੁਜ਼ਗਾਰੀ ਖਤਮ ਕੀਤੀ ਜਾਊਗੀ, ਬੇਰੁਜ਼ਗਾਰੀ ਅਤੇ ਨਸ਼ਾ ਖਤਮ ਕਰ ਦਿਓ, ਹਰੇਕ ਘਰ ਦੇ ਵਿੱਚ ਇੱਕ ਨੌਕਰੀ ਅਤੇ ਆ ਜਿਹੜਾ ਨਸ਼ਾ ਖਤਮ ਕਰ ਦਿਓ। ਸਾਨੂੰ ਫ੍ਰੀ ਵਾਲੀ ਕੋਈ ਵੀ ਚੀਜ਼ ਨਹੀਂ ਚਾਹੀਦੀ। ਇਸ ਗੱਲ 'ਤੇ ਵੀਰੋ ਪਹਿਰਾ ਦਿਓ, ਜਿਹੜੇ ਮੱਚਦੇ ਉਹ ਮੱਚੀ ਜਾਣ, ਪਰ ਆਪਣੇ ਸਮਾਜ ਨੂੰ ਗਰੀਬ ਲੋਕਾਂ ਨੂੰ ਇੱਧਰ ਵੱਲ ਨੂੰ ਤੋੜਗੇ ਕਿ ਆਪਾਂ ਇਸ ਗੱਲ 'ਤੇ ਪਹਿਰਾ ਦੇ ਦਈਏ ਕਿ ਸਾਨੂੰ ਨੌਕਰੀ ਚਾਹੀਦੀ, ਫ੍ਰੀ ਵਾਲਾ ਕੁਛ ਵੀ ਨਹੀਂ ਚਾਹੀਦਾ ਗਾ। ਇਹਨਾਂ ਨੇ ਤਾਂ ਸਾਨੂੰ ਮੰਗ 'ਤੇ ਬਣਾ ਲਿਆ ਵੀ ਅਸੀਂ ਇਸ ਗੱਲ 'ਤੇ ਰੋਕ ਲਾਤੀ ਅਤੇ ਤੁਸੀਂ ਮੰਗੀ ਜਾਓ। ਇਸ ਲਈ ਮੇਰੀ ਬੇਨਤੀ ਹੈ ਵੀਰੋ, ਜਲਦੀ ਤੋਂ ਜਲਦੀ ਜਿਹੜਾ ਆਪਾਂ ਇਸ ਮਿਸ਼ਨ ਵੱਲ ਧਿਆਨ ਦਈਏ ਅਤੇ ਆਪਾਂ ਜਿਹੜਾ ਬੇਰੁਜ਼ਗਾਰੀ ਦੇ ਮਿਸ਼ਨ ਵੱਲ ਨੂੰ ਚੱਲੀਏ। ਜੈ ਭੀਮ।